ਇਹ ਦੇਖੋ ਬਦਮਾਸ਼ੀ, ਪੈਸੇ ਵੀ ਲੈ ਕੇ ਗਈ ਗੱਲੇ ਨੂੰ ਕੱਢ ਕੇ, ਬਦਮਾਸ਼ੀ ਦਿਖਾ ਰਹੀ ਹੈ ਉੱਥੋਂ। ਪੁਲਿਸ ਨੂੰ ਬੁਲਾਇਆ, ਦੇਖਦੇ ਜੇ ਪੁਲਿਸ ਕਾਰਵਾਈ ਕਰੂਗੀ ਨਹੀਂ, ਨਹੀਂ ਤਾਂ ਸੌਦਾ ਲਾਵਾਂ ਨਾ ਆਉਂਦਾ ਕੈਮਰਾ। ਇਹਨਾਂ ਭਈਆਂ ਦੇ ਠੱਲ ਪਾਓ, ਪਹਿਲੇ ਤਾਂ ਇਹਨਾਂ ਦੇ ਭਈਆਂ ਦੇ ਠੱਲ ਪਾਓ। ਜੇ ਅੱਜ ਤੁਸੀਂ ਕਿੱਥੇ ਪੰਜਾਬੀ ਨਾ ਹੋਏ ਨਾ, ਤੁਹਾਡਾ ਪੇੜਾ ਗਲਤ ਹੋ ਜਾਣਾ। ਅਤੇ ਉਹ ਬੋਲ ਕੇ ਗਈ ਆ ਗਾਲੀ ਗਲੋਚ ਕਰਕੇ, ਕੀ ਕਹਿੰਦੀ, ਗੋਲੀਆਂ ਮਾਰਾਂਗੇ ਤੁਹਾਡੇ। ਉੱਥੇ ਮੈਂ ਬੈਠਾ ਸੁਣ ਰਿਹਾ ਸੀਗਾ, ਕਹਿੰਦੀ ਗੋਲੀਆਂ ਮਾਰਾਂਗੇ, ਬਾਅਦ ਚੋਂ ਯੂਪੀ ਬਿਹਾਰ ਭੱਜ ਜਾਵਾਂਗੇ। ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ, ਤੁਹਾਡਾ ਆਪਣਾ ਫਰਜ਼ ਆ। ਜੇ ਤੁਸੀਂ ਵਾਕਈ ਪੱਗਾਂ ਨੂੰ ਹੱਥ ਪਾਉਣੇ ਨਾ, ਫਿਰ ਤੁਸੀਂ ਆਪ ਦੇਖ ਲਓ। ਸ਼ਰੇਆਮ ਉਹ ਚਿੱਟਾ ਵੀ ਵੇਚਦੀ ਆ, ਦਾਰੂ ਵੀ ਵੇਚਦੀ ਆ, ਸ਼ਰੇਆਮ ਬਦਮਾਸ਼ੀ ਕਰਦੀ ਆ ਇੱਥੇ। ਕਹਿੰਦੀ ਪੁਲਿਸ ਤਾਂ ਮੇਰੀ ਜੇਬ 'ਚ ਆ। ਉਸ ਤੋਂ ਬਾਅਦ ਦੋ ਬੰਦੇ ਲੈ ਕੇ ਆਏ ਨੇ, ਕੋਈ ਨਾ ਬੰਦਾ ਫੜਿਆ ਹੋਇਆ। ਉਹ ਜਨਾਨੀ ਬਦਮਾਸ਼ੀ ਕਰਦੀ ਆ, ਇੱਥੇ ਆ ਗਿਆ ਜੀ ਇੱਕ ਬੰਦਾ ਕਾਬੂ ਕਰ ਲਿਆ ਭਈਆ, ਹੱਥੋਂ ਪਾਈ ਹੋਣ ਨੂੰ ਫਿਰਦਾ ਪਿਆ ਸੀਗਾ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਤੇ ਹੁਣ ਉਹ ਦੇਖਦੇ ਲੈ ਕੇ ਆ, ਲੈ ਕੇ ਆਓ। ਓ ਯਾਰੀ ਉੱਧਰ ਮਾਰ ਕੈਮਰਾ, ਉੱਧਰ ਦੇਖ ਸਕਦੇ ਹੋ। ਆ ਬੜੀ ਖਰਾਬ ਆ ਇਹ, ਚੱਲ ਨਿਕਾਲਣ ਦੇ ਰਾਤੀ ਓਏ। ਇਹ ਦੇਖੋ ਬਦਮਾਸ਼ੀ, ਬੜਾ ਖਾਸ ਆ ਜੀ। ਆ ਦੇਖ ਦੇਖੋ ਬਦਮਾਸ਼ੀ, ਹਲੇ ਵੀ ਕਹਿੰਦੀ ਗੋਲੀਆਂ ਮਾਰਾਂਗੇ। ਦੇਖੋ ਖਰੀਦੀ ਹੋਈ ਆ, ਵੀਡੀਓ ਸ਼ੇਅਰ ਕਰੋ। ਅੱਜ ਦੇਖੋ ਇਕੱਲੀ ਬਦਮਾਸ਼ੀ ਕਰ ਰਹੀ ਆ, ਇਕੱਲੀ ਇਕੱਲੀ ਕਹਿੰਦੀ ਸਰਦਾਰਾਂ ਦੇ ਪੱਗਾਂ ਲਾਵਾਂਗੇ। ਜਨਾਨੀ ਕਹਿੰਦੀ ਇਹਨੂੰ ਪੱਗ ਲਵਾਣਾ, ਦੱਸਦੇ ਅਸੀਂ ਕਿੱਦਾਂ ਲਾਉਂਦੇ ਆ। ਪੈਸੇ ਵੀ ਲੈ ਕੇ ਗਏ ਗੱਲੇ ਨੂੰ ਕੱਢ ਕੇ, ਬਦਮਾਸ਼ੀ ਦਿਖਾ ਰਹੀ ਆ ਉੱਥੋਂ। ਪੁਲਿਸ ਨੂੰ ਬੁਲਾਇਆ, ਦੇਖਦੇ ਜੇ ਪੁਲਿਸ ਕਾਰਵਾਈ ਕਰੂਗੀ ਨਹੀਂ, ਨਹੀਂ ਤਾਂ ਸੌਦਾ ਲਾਵਾਂ ਨਾ ਆਉਂਦਾ ਕੈਮਰਾ।
ਇਹਨਾਂ ਭਈਆਂ ਦਾ ਠੱਲ ਪਾਣੀ ਪੈਣੀ ਆ, ਇਹਦੇ ਨਾਲ ਬੇੜਾ ਗਰਕ ਕਰ ਦੇਣਾ। ਇਹਦੀ ਸਪੋਰਟ ਦੇ ਵਿੱਚ ਆਇਆ ਸੀ ਜਲਦੀ ਜਲਦੀ ਸ਼ੇਅਰ ਕਰ ਦਿਓ ਪੰਜਾਬੀਓ। ਜੇ ਅੱਜ ਨਾ ਜਾਗੇ ਨਾ ਸਾਰੀ ਉਮਰ ਤੁਹਾਡੀਆਂ ਪੱਗਾਂ ਨੂੰ ਹੱਥੇ ਇਹ ਪਈਏ ਪਾਉਣਗੇ, ਇਹ ਪਈਏ ਪਾਉਣਗੇ। ਲੋਕੀ ਲੱਜੀ ਨਹੀਂ ਕਹਿੰਦੇ ਜੇ ਲੱਖਾ ਬੋਲਦਾ, ਜੇ ਦੀਪ ਸਿੱਧੂ ਬੋਲਦਾ, ਜੇ ਸਿੱਧੂ ਮੂਸੇਵਾਲਾ ਬੋਲਦਾ, ਸੱਚਾ ਬੋਲਦਾ ਆ। ਇਹਨਾਂ ਲੀਡਰਾਂ ਨੇ ਕੱਖ ਨਹੀਂ ਛੱਡਿਆ। ਮੇਰੀ ਸਰਕਾਰ ਨੂੰ ਵੀ ਬੇਨਤੀ ਆ, ਇਹਨਾਂ ਭਈਆਂ ਦੇ ਠੱਲ ਪਾਓ, ਪਹਿਲੇ ਤਾਂ ਇਹਨਾਂ ਦੇ ਭਈਆਂ ਦੇ ਠੱਲ ਪਾਓ। ਜੇ ਅੱਜ ਤੁਸੀਂ ਇਕੱਠੇ ਪੰਜਾਬੀਓ ਨਾ ਹੋਏ ਨਾ, ਤੁਹਾਡਾ ਬੇੜਾ ਗਰਕ ਹੋ ਜਾਣਾ। ਇਹਨਾਂ ਭਈਆਂ ਨੇ ਪੱਗਾਂ ਦੇ ਹੱਥ ਪਾਉਣੇ ਨੇ ਪਿੰਡਾਰੀ ਦੇ ਵਿੱਚ। ਇਹਨਾਂ ਭਈਆਂ ਨੇ ਸਾਰਾ ਪੰਜਾਬੀ ਵੀਰਵਾਰ ਦਾ ਨਾ ਸਾਡੀ ਭੈਣ ਦੇ ਕੱਪੜਿਆਂ ਨੂੰ ਹੱਥ ਪਾਇਆ ਇਹਨਾਂ ਨੇ। ਜਨਾਨੀਆਂ ਦੇਖੋ ਬੰਦੇ ਗਵਾਹ ਨੇ ਸਾਡੇ ਕੋਲ, ਉਸਨੂੰ ਬੇਨਤੀ ਆ ਬਦਮਾਸ਼ੀ ਦਿਖਾ ਲੈ। ਆ ਪੰਜਾਬ ਚ ਬੈਠੀ ਆ ਯੂਪੀ ਬਿਹਾਰ ਦੀ ਗੱਲਾਂ ਮਾਰਦੀ ਆ ਬਦਮਾਸ਼ੀ। ਇਹਦਾ ਬੋਲ ਬੋਲ ਹੁਣ ਬੋਲ 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 ਆ ਦੇਖੋ ਦੇਖੋ ਪੰਜਾਬੀਓ ਇਸ ਵੀਡੀਓ ਨੂੰ ਤੁਹਾਡਾ ਸ਼ੇਅਰ ਕਰਨਾ ਬੰਦਕ ਨਹੀਂ ਬੰਦਾ ਇਹਨਾਂ ਭਈਆਂ ਨੂੰ ਪੰਜਾਬ ਤੋਂ ਬਾਹਰ ਨਾ ਕੱਢੇ ਨਾ ਇਹਨਾਂ ਨੇ ਬਿਨਾਂ ਗਰਕ ਕਰ ਦੇਣਾ। ਆਹ ਦੇਖ ਲੋ ਇਹ ਪੰਜਾਬ ਚ ਬਹਿ ਕੇ ਦੁਕਾਨ ਦੇ ਵਿੱਚ ਸਾਡੀ ਦੁਕਾਨ ਦੇ ਵਿੱਚ ਬਹਿ ਕੇ ਇਹ ਬਕਵਾਸ ਬਦਮਾਸ਼ੀ 452 ਬੰਦੀ ਆ ਆਹ ਬੰਦੇ ਨੂੰ ਲੈ ਕੇ ਸਾਡੇ ਦੁਕਾਨ ਤੇ ਹਮਲਾ ਕੀਤਾ 452 ਬੁਲਾਇਆ ਪੁਲਿਸ ਨੂੰ।